ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਗਲੋਬਲ ਟਾਈਮ ਨਿਊਜ਼ 24। ਮੈਂ ਹਾਂ ਤੁਹਾਡਾ ਹੋਸਟ ਕਮਲ ਕੁਮਾਰ, ਤੋਂ ਬਟਾਲਾ ਦੇ ਲੋਕਾਂ ਲਈ ਸਪੈਸ਼ਲ ਖਬਰ ਲੈ ਕੇ ਆਏ ਹਾਂ। ਜਿੱਥੇ ਬਾਰ ਐਸੋਸੀਏਸ਼ਨ ਬਟਾਲਾ ਵੱਲੋਂ ਇੱਕ ਹੰਗਾਮੀ ਮੀਟਿੰਗ ਕਰਦਿਆਂ ਇਹ ਵੱਡਾ ਐਲਾਨ ਕੀਤਾ ਗਿਆ, ਜੇਕਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਜਿੰਦਰ ਰੰਧਾਵਾ ਅਤੇ ਕੈਬਨਿਟ ਦੇ ਵਜ਼ੀਰ ਤਜਿੰਦਰ ਸਿੰਘ ਬਾਜਵਾ ਨੇ ਸਾਡੀ ਆਵਾਜ਼ ਨਾ ਸੁਣੀ ਅਤੇ ਚੋਣ ਜਾਬਤਾ ਤੋਂ ਪਹਿਲਾਂ ਬਟਾਲੇ ਨੂੰ ਜ਼ਿਲ੍ਹਾ ਅਨਾਊਂਸ ਨਾ ਕੀਤਾ ਤਾਂ ਇਹਨਾਂ ਦੇ ਘਰਾਂ ਦਾ ਘਿਰਾਵ ਕੀਤਾ ਜਾਏਗਾ ਅਤੇ ਨਾਲ ਹੀ ਵਿਧਾਨ ਸਭਾ ਦੀ ਚੋਣ ਵਿੱਚ ਇਹਨਾਂ ਨੂੰ ਹਾਰ ਦਾ ਮੂੰਹ ਦਿਖਾਇਆ ਜਾਏਗਾ। ਦੇਖੋ ਰਿਪੋਰਟ ਦੇ ਵਿੱਚ, ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ, ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਨੂੰ। ਧੰਨਵਾਦ। ਸਾਰੇ ਹੀ ਚੱਲੀਏ, ਬੜਾ ਵੱਡਾ ਫੌਜ ਆਪਣਾ ਜੇ ਹੁਣ ਵੀ ਬਣਿਆ ਤਾਂ ਵਾਕਈ ਬਾਜਵਾ ਸਾਹਿਬ ਵਾਲੀ ਗੱਲ ਕਿ ਇਹਨਾਂ ਨੇ ਸਾਨੂੰ ਇੰਝ ਸਮਝ ਛੱਡਿਆ ਵਾ ਕਿ ਚਲੋ ਠੀਕ ਹੀ ਠੀਕ ਆ। ਕਿਉਂ ਨਹੀਂ ਦਿੰਦੇ ਸਟੇਟਮੈਂਟ? ਅਸੀਂ ਅਸੀਂ ਸਟੇਟਮੈਂਟ ਕੀ ਦੇਣੀ? ਅਸੀਂ ਅਸੀਂ ਘੇਰ ਲਾਂਗੇ, ਕੀ ਹੋ ਜੂਗਾ? ਪ੍ਰਧਾਨ ਜੀ ਅਸੀਂ ਤੁਹਾਡੇ ਨਾਲ ਆ, ਹਰ ਪਾਸਿਓਂ ਅੱਗੇ ਲੱਗੋ, ਆਪਾਂ ਕੰਮ ਇਸ ਤਰੀਕੇ ਨਾਲ ਚੱਲੀਏ ਕਿ ਜੇ 150 ਗੱਡੀ ਜਾਵੇ ਇਹਨਾਂ ਨੂੰ ਲੱਗ ਪਤਾ ਜਾਵੇ ਕਿ ਹਾਂ ਜੀ ਹੁਣ ਸਾਡੇ ਕੋਲੇ ਚੜ੍ਹ ਗਏ ਆ। ਸਾਰੇ ਲੀਡਰ ਵਾ ਆਪਣੇ ਆਪਣੇ ਏਰੀਏ ਦੇ ਵਿੱਚ ਜਿਹੜੇ ਸਾਡੇ ਵਕੀਲ ਭਰਾ ਹੈਗੇ ਆ, ਸਾਰਿਆਂ ਦੀ ਸਹੀ ਹੈਗੀ ਆ। ਗੱਲ ਇਹਨਾਂ ਦੀ ਸਹੀ ਹੈ ਕਿ ਉਹਨਾਂ ਨੂੰ ਸਾਡੀ ਵੀ ਲੋੜ ਵਾ, ਜੇ ਸਾਨੂੰ ਜਿਹਦੇ ਦੀ ਲੋੜ ਆ ਤਾਂ ਉਹਨਾਂ ਨੂੰ ਵੀ ਲੋੜ ਆ, ਤੇ ਥੋੜਾ ਜਿਹਾ ਆਪਾਂ ਆਪਣੇ ਵਾਸਤੇ ਆਪਾਂ ਲੋਕਾਂ ਵਾਸਤੇ ਵੀ ਦੇ ਆ, ਇਕੱਲੇ ਸਾਨੂੰ ਇਕੱਲੇ ਵਕੀਲਾਂ ਨੂੰ ਵੀ ਫਾਇਦਾ ਥੋੜਾ ਝੜ ਕੇ ਕਰ ਦਈਏ। ਪਹਿਲਾਂ ਇਹਨਾਂ ਨੂੰ ਦੋ ਟਰਾਇਲ ਵਿਖਾ ਦਈਏ, ਧਾਰ ਵਾਲੀ ਤੇ ਫਤਿਹਗੜ੍ਹ ਕਰ ਦਈਆਂ, ਦੋ ਟਰਾਇਲਾਂ ਦੇ ਵਿੱਚ 100-100 ਗੱਡੀ ਲੈ ਕੇ ਜਾਈਏ। ਭਾਈ ਸੱਜਣਾ, ਜੇ ਤੇ ਆਉਂਦੀ ਵਾਰ ਨੂੰ ਤੁਸੀਂ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤੇ ਬਟਾਲੇ ਨੂੰ ਜ਼ਿਲ੍ਹਾ ਬਣਾ ਦਿਓ ਤੇ ਆਲੇ ਦੁਆਲੇ ਦੀਆਂ 4 ਸੀਟਾਂ ਜਿਹੜੀਆਂ ਬਟਾਲਾ ਪਾ ਕੇ ਤੁਸੀਂ 5 ਸੀਟਾਂ ਜਿੱਤ ਸਕਦੇ ਹੋ, ਤੇ ਜੇ ਤੁਸੀਂ ਜ਼ਿਲ੍ਹਾ ਨਹੀਂ ਬਣਾਉਂਦੇ ਅਸੀਂ ਤੁਹਾਡੀ ਕਾਂਗਰਸ ਦੀ 5 ਸੀਟਾਂ ਤੇ ਅਪੋਜੀਸ਼ਨ ਕਰਾਂਗੇ। ਮੈਂ ਦੇਖੋ ਸਾਡੇ ਸ਼ਹਿਰ ਦੇ ਜੂਸ ਵੱਲੋਂ ਸਾਡੇ ਸੌਂਗੇਟ ਤੋਂ ਜਾ ਕੇ ਵੀ ਕਾਂਗਰਸ ਦਾ ਬਾਈਕਾਟ ਕਿਹੜੀ ਗੱਲ ਸਾਨੂੰ ਕਿਹੜੀ ਉਹਨਾਂ ਨੂੰ ਗੱਲਾਂ ਕਰਦੇ ਨੇ ਵੀ ਆਪਸੀ ਇਹਨਾਂ ਦੀ ਲੜਾਈ ਤੇ ਭੁਗਤ ਨਹੀਂ ਰਹੇ ਆ, ਇਹ ਕੀ ਤਰੀਕਾ? ਮੈਂ ਜੀ ਸਭ ਤੋਂ ਪਹਿਲਾਂ ਤੁਹਾਡੇ ਪ੍ਰੈਸ ਵੱਲ ਇੱਥੇ ਆਉਣ 'ਤੇ ਬੜਾ ਧੰਨਵਾਦ ਕਰਨਾ, ਜਿਨ੍ਹਾਂ ਨੇ ਸਾਡੀ ਇਸ ਐਜੀਟੇਸ਼ਨ, ਸਾਡੀ ਲੌਂਗ ਸਟੈਂਡਿੰਗ ਡਿਮਾਂਡ, ਜੈਨੂਅਨ ਡਿਮਾਂਡ ਨੂੰ ਤੁਸੀਂ ਹਾਈਲਾਈਟ ਕਰਨਾ ਥਰੂ ਪ੍ਰੈਸ ਔਰ ਲੋਕਾਂ ਤੱਕ ਸਾਡੀ ਗੱਲ ਪਹੁੰਚਾਉਣੀ ਹੈ। ਤੁਹਾਡਾ ਬਹੁਤ ਬਹੁਤ ਮੇਰੇ ਵੱਲੋਂ ਔਰ ਸਾਰੀ ਬਾਰ ਐਸੋਸੀਏਸ਼ਨ ਬਟਾਲਾ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਐਡਵੋਕੇਟ ਗੁਰਦੀਪ ਸਿੰਘ ਰੰਧਾਵਾ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਕਿ ਇਹ ਜਿਹੜੀ ਜ਼ਿਲ੍ਹਾ ਬਟਾਲਾ ਨੂੰ ਇੱਕ ਕੰਪਲੀਟ ਡਿਸਟ੍ਰਿਕਟ, ਰੈਵਨਿਊ ਡਿਸਟ੍ਰਿਕਟ ਬਣਾਉਣ ਵਾਸਤੇ ਐਜੀਟੇਸ਼ਨ ਸੀ। ਅਸੀਂ ਸਾਡੀ ਬਾਰ ਐਸੋਸੀਏਸ਼ਨ ਨੇ ਸਿੰਸ 1995 ਅੰਡਰ ਦੀ ਪ੍ਰੈਜ਼ੀਡੈਂਟਸ਼ਿਪ ਔਫ ਚੇਅਰਮੈਨਸ਼ਿਪ ਔਫ ਮਿਸਟਰ ਜਤਿੰਦਰ ਸਿੰਘ ਜੀ ਮਾਣਾ, ਸਾਡੀ ਉਹ ਜਿਹੜੀ ਸਟ੍ਰਾਈਕ ਸੀ, ਸਾਡੀ ਹੰਗਰ ਸਟ੍ਰਾਈਕ ਜਿਹੜੀ 6 ਮਹੀਨੇ ਚੱਲੀ ਸੀ, ਪਰ ਉਸ ਸਮੇਂ ਦੇ ਜਿਹੜੇ ਸਾਡੇ ਉਸ ਸਮੇਂ ਦੇ ਜਿਹੜੇ ਪੋਲੀਟੀਕਲ ਲੀਡਰ ਸਨ, ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਨੂੰ ਜਿਹੜਾ ਕੋਈ ਬਟਾਲਾ ਦਾ ਜਦੋਂ ਕੋਈ ਜ਼ਿਲ੍ਹਾ ਬਣੇਗਾ ਤਾਂ ਬਟਾਲਾ ਸਭ ਤੋਂ ਪਹਿਲਾਂ ਬਣੇਗਾ। ਪਰ ਅੱਜ ਤੱਕ ਸਾਡੀ ਜਿਹੜੀ ਜੈਨੂਅਨ ਐਂਡ ਲੌਂਗ ਸਟੈਂਡਿੰਗ ਡਿਮਾਂਡ ਜਿਹੜੀ ਹੈ ਸਾਡੀ ਜਿਹੜੀ ਹੈ ਪੰਜਾਬ ਗਵਰਨਮੈਂਟ ਨੇ ਪੂਰੀ ਨਹੀਂ ਕੀਤੀ। ਜ਼ਿਲ੍ਹੇ ਬਾਰੇ ਸਾਰਿਆਂ ਨੂੰ ਪਤਾ ਕਿ ਸਾਡਾ ਮੈਰਿਟ ਅਤੇ ਸਾਡਾ ਅਧਿਕਾਰ ਬਣਦਾ ਔਰ ਸਾਨੂੰ ਮਿਲਣਾ ਚਾਹੀਦਾ। ਹੁਣ ਫਿਰ ਇੱਕ ਵਾਰੀ ਅਸੀਂ ਸਾਰੀ ਆਪਣੀ ਬਾਰ ਐਸੋਸੀਏਸ਼ਨ ਨੇ ਜਿਹੜੀ ਹੈ ਮੀਟਿੰਗ ਕਰਕੇ ਔਰ ਬੜੀ ਲੌਂਗ ਡਿਸਕਸ਼ਨ ਕੀਤੀ ਹੈ ਇਸ ਪੁਆਇੰਟ 'ਤੇ ਕਿ ਸਾਨੂੰ ਕੀ ਜਿਹੜਾ ਐਜੀਟੇਸ਼ਨ ਜਿਹੜੀ ਹੈ ਇਹ ਕਿਸ ਤਰ੍ਹਾਂ ਚਲਾਉਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਸਰਕਾਰ ਤੱਕ ਆਪਣੀ ਗੱਲ ਜਿਹੜੀ ਪਹੁੰਚਾਉਣੀ ਚਾਹੀਦੀ ਹੈ, ਜਿਹੜੀ ਕਿ ਲੋਕਾਂ ਦੀ ਇੱਕ ਡਿਮਾਂਡ ਹੈ, ਇਕੱਲੀ ਬਾਰ ਐਸੋਸੀਏਸ਼ਨ ਬਟਾਲਾ ਦੀ ਡਿਮਾਂਡ ਨਹੀਂ ਹੈ, ਇਹ ਸਾਰੇ ਇਨਹੈਬੀਟੈਂਟਸ ਆਫ ਆਲ ਦਾ ਬਟਾਲਾ ਸਾਰਿਆਂ ਦੀ ਜਿਹੜੀ ਹੈ ਇੱਕ ਕਾਮਨ ਡਿਮਾਂਡ ਹੈ ਅਤੇ ਸਾਰੇ ਇਸ 'ਤੇ ਬਿਲਕੁਲ ਸਾਰੇ ਐਗਰੀ ਨੇ ਔਰ ਸਾਰੇ ਯੂਨਾਈਟ ਨੇ। ਹੁਣ ਅਸੀਂ ਅੱਜ ਫਿਰ ਸਾਡੀ ਇੱਕ ਬਾਰ ਐਸੋਸੀਏਸ਼ਨ, ਜੇ ਆਪਾਂ ਹੁਣ ਮੈਰਿਟ ਦੀ ਗੱਲ ਕਰੀਏ ਤਾਂ ਆਈ ਥਿੰਕ ਦਿਸ ਇਜ ਜਿਹੜੀ ਬਟਾਲਾ ਸਬ ਡਿਵੀਜ਼ਨ, ਦੈਟ ਇਜ਼ ਵਨ ਆਫ ਦਾ ਬਿਗੈਸਟ ਸਬ ਡਿਵੀਜ਼ਨ ਇਨ ਦਾ ਪੰਜਾਬ।
ਕਿਉਂਕਿ ਇਹਦੇ 495 ਪਿੰਡ ਨੇ, ਦੋ ਸਾਡੀਆਂ ਸਬ ਡਿਵੀਜ਼ਨ ਫੁੱਲ ਫਲੈਜ ਨੇ, ਡੇਰਾ ਬਾਬਾ ਨਾਨਕ ਨੂੰ ਬਟਾਲਾ, ਔਰ ਇੱਥੇ ਸਾਡੇ 14 ਪੁਲਿਸ ਸਟੇਸ਼ਨ ਨੇ, 3 ਸਾਡੀਆਂ ਸਬ ਤਹਿਸੀਲ ਨੇ। ਜੇ ਪਾਪੂਲੇਸ਼ਨ ਦੇ ਵੇਖੀਏ 2 ਲੱਖ ਤੋਂ ਵੱਧ ਸਾਡੀ ਜਿਹੜੀ ਹੈ, 2 ਕਰੋੜ ਤੋਂ ਵੱਧ ਜਿਹੜੀ ਪਾਪੂਲੇਸ਼ਨ ਇੱਥੇ ਬਟਾਲੇ ਦੀ ਹੈ। ਜੇ ਸਾਡਾ ਏਰੀਆ ਵੇਖੀਏ ਤਾਂ ਏਰੀਆ ਵੀ ਸਾਡਾ ਸਾਰਿਆਂ ਨਾਲੋਂ, ਹਾਂਜੀ ਪੰਜਾਬ ਦਾ 8th ਹੈਗਾ, ਸਭ ਤੋਂ ਹੈਗਾ ਲਾਰਜਸਟ ਸਿਟੀ ਆਫ ਪੰਜਾਬ ਹੈ। ਅੱਛਾ, ਉਸ ਤੋਂ ਬਾਅਦ ਜੇ ਆਪਾਂ ਵੇਖੀਏ ਇੱਥੇ ਆਲਰੇਡੀ ਡਿਸਟ੍ਰਿਕਟ ਇੰਡਸਟਰੀ ਸੈਂਟਰ ਹੈ, ਆਲਰੇਡੀ ਪੁਲਿਸ ਡਿਸਟ੍ਰਿਕਟ ਹੈ ਇੱਥੇ, ਔਰ ਸਾਡਾ ਜਿਹੜਾ ਹੈਗੀ ਹੈ ਪੰਜਾਬ ਰੋਡ ਵਰਕਸ਼ਾਪ ਇੱਥੇ ਹੈਗੀ ਹੈ। ਜੇ ਆਪਾਂ ਜੁਡੀਸ਼ੀਅਲ ਕੰਪਲੈਕਸ ਵੇਖੀਏ ਤਾਂ ਸਾਡਾ ਇੱਕ ਬੜਾ ਵੱਡਾ ਕੰਪਲੈਕਸ ਹੈ, ਸਾਡੇ ਕੋਲ ਇੱਥੇ 12 ਜਿਹੜੇ ਨੇ ਜੁਡੀਸ਼ੀਅਲ ਕੋਰਟਸ ਨੇ, ਔਰ 12 ਜੁਡੀਸ਼ੀਅਲ ਅਫਸਰ ਦੀ ਜਿਹੜੀ ਹੈਗੀ ਨੇ ਰੈਜੀਡੈਂਸ ਹੈ। ਇਸ ਕਰਕੇ ਮੈਂ ਸਮਝਣਾ ਕਿ ਜੇ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਵੈ ਤਾਂ ਇੱਥੇ ਕੋਈ ਸਰਕਾਰ 'ਤੇ ਕੋਈ ਐਡਾ ਵੱਡਾ ਜ਼ਿਆਦਾ ਬੋਝ ਨਹੀਂ ਪੈਣਾ, ਕਿਉਂਕਿ ਇਨਫਰਾਸਟਰਕਚਰ ਬਹੁਤਾ ਜ਼ਿਆਦਾ ਨਹੀਂ, ਅੱਧੋਂ ਜ਼ਿਆਦਾ ਪਹਿਲਾਂ ਹੀ ਜ਼ਿਲ੍ਹਾ ਸਾਡਾ ਜਿਹੜਾ ਉਹ ਕੰਮ ਕਰ ਰਿਹਾ। ਇਸ ਕਰਕੇ ਸਾਡੀ ਤਾਂ ਸਾਰਿਆਂ ਦੀ ਡਿਮਾਂਡ ਹੈ ਸਾਰੀ ਅੱਜ ਤੇ ਇਹ ਜਿਹੜਾ ਮਤਲਬ ਜਿਹੜਾ ਇਹਨੂੰ ਕੰਪਲੀਟ ਡਿਸਟ੍ਰਿਕਟ ਅਨਾਊਂਸ ਕਰਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਐਟ ਦਾ ਲੀਸਟ ਪੋਸੀਬਲ। ਔਰ ਦੂਸਰੀ ਜਿਹੜੀ ਗੱਲ ਜਿਹੜੀ ਅੱਜ ਅਸੀਂ ਫੈਸਲਾ ਕੀਤਾ ਸਾਡੀ ਬਾਰ ਨੇ, ਉਹ ਬੜਾ ਹੀ ਇੱਕ ਸਟਰੋਂਗ ਡਿਸੀਜਨ ਲਿਆ ਕਿ ਅਸੀਂ ਜਿਹੜਾ ਇਹ ਆਪਣਾ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਐਜੀਟੇਸ਼ਨ ਹੈ, ਔਰ ਜਿਹੜੇ 2 ਖਾਸ ਸਾਡੇ ਮਿਨਿਸਟਰ ਸਾਹਿਬਾਨ ਨੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਔਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੂੰ ਮਿਲਦਾ ਪ੍ਰੋਗਰਾਮ ਬਣਾਇਆ। ਅਗਰ ਉਹ ਸਾਡੀ ਕੋਈ ਗੱਲ ਨਹੀਂ ਮੰਨਦੇ ਤਾਂ ਅਸੀਂ ਉਹਨਾਂ ਦਾ ਘਿਰਾਓ ਵੀ ਕਰਾਂਗੇ, ਉਹਨਾਂ ਨੂੰ ਅਲਟੀਮੇਟ ਵੀ ਦੇਵਾਂਗੇ, ਔਰ ਪਿੰਡਾਂ ਤੱਕ ਜਿਹੜੀ ਸਾਰੀ ਸਾਡੀ ਜਿਹੜੀ 400-500 ਵਕੀਲ ਹੈ ਸਾਰੀਆਂ ਗੱਡੀਆਂ ਲੈ ਕੇ ਅਸੀਂ ਪਿੰਡਾਂ ਤੱਕ ਜਾਵਾਂਗੇ ਔਰ ਇਹਨਾਂ ਦਾ ਘਿਰਾਓ ਕਰਾਂਗੇ ਔਰ ਇਸ ਗੱਲ ਨੂੰ ਜਿਹੜਾ ਹਾਈਲਾਈਟ ਕਰਾਂਗੇ, ਉਹਨਾਂ ਨੂੰ ਮਜ਼ਬੂਰ ਕਰਾਂਗੇ ਔਰ ਇਹਨਾਂ ਨੂੰ ਵੀ ਸਾਡੀ ਜਿਹੜੀ ਮੰਗ ਜਿਹੜੀ ਹੈ ਚਾਹੀਦੀ। ਇਹ ਸਭ ਤੋਂ ਪਹਿਲਾਂ ਜਿਹੜੀ ਅਸੀਂ ਅੱਜ ਦਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਅਸੀਂ ਇੱਥੋਂ ਆਪਣੇ ਐਜੀਟੇਸ਼ਨ ਆਪਣਾ ਲੈ ਕੇ ਆਪਣਾ ਡੈਲੀਗੇਸ਼ਨ ਅਸੀਂ ਜਾ ਰਹੇ ਹਾਂ ਜੁਆਇਨ ਕਰਨ ਐਜੀਟੇਸ਼ਨ ਦੇ ਜਿਹੜੀ ਸਾਡੇ ਦੂਸਰੀਆਂ ਯੂਨੀਅਨਸ ਉੱਥੇ ਬੈਠੀਆਂ ਨੇ ਗਾਂਧੀ ਚੌਂਕ ਦੇ ਵਿੱਚ। ਸੈਕਿੰਡ, ਸਾਡੀ ਬਾਰ ਨੇ ਇਹ ਫੈਸਲਾ ਕੀਤਾ ਕਿ ਅੱਜ ਬੁੱਧਵਾਰ ਸਵੇਰੇ 10 ਵਜੇ ਸਾਰੇ ਵਕੀਲ ਸਾਹਿਬਾਨ 250-300 ਜਿੰਨਾ ਵਕੀਲ ਆ ਸਾਰੇ ਗੱਡੀਆਂ ਲੈ ਕੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਅਸੀਂ ਆਪੇ ਧਾਰੋਵਾਲੀ ਜਾਵਾਂਗੇ, ਉੱਥੇ ਜਾ ਕੇ ਮਿਨਿਸਟਰ ਨੂੰ ਧਾਰੋਵਾਲ 25 ਤਰੀਕ ਨੂੰ। ਔਰ ਇਸ ਗੱਲ 'ਤੇ ਅਸੀਂ ਇਹ ਵੀ ਇੱਕ ਜਿਹੜੀ ਰਿਕੁਐਸਟ ਕਰਦੇ ਹਾਂ ਕਿ ਸਾਰੀ ਪਬਲਿਕ ਨੂੰ ਕਿ ਸਾਨੂੰ ਕੋਪਰੇਟ ਕਰਨ, ਇਟ ਇਜ਼ ਏ ਕਾਮਨ ਕਾਜ਼ ਆਫ ਦਾ ਆਲ ਦਾ ਇਨਹੈਬੀਟੈਂਟਸ ਆਫ ਦਾ ਬਟਾਲਾ। ਚਲੋ, ਜਿਹੜੀ ਬੁੱਧਵਾਰ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਸੀ ਰੰਧਾਵਾ ਜੀ ਕੋਲ ਜਾ ਰਹੇ ਹਾਂ, ਉਸ ਤੋਂ ਬਾਅਦ ਜਿਹੜੀ ਬੁੱਧਵਾਰ ਅਸੀਂ ਉਸ ਤੋਂ ਬਾਅਦ ਜਿਹੜਾ ਸ਼ੁੱਕਰਵਾਰ ਸਾਡੀ ਬਾਰ ਨੇ ਇਹ ਫੈਸਲਾ ਕੀਤਾ ਯੂਨੈਨੀਮਸਲੀ ਕਿ ਇਸੇ ਤਰ੍ਹਾਂ ਹੀ ਸ਼ੁੱਕਰਵਾਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ 200-300 ਗੱਡੀ 26 ਤਰੀਕ ਆਉਂਦੀ ਹੈ ਉਹ ਜਿਹੜੀ ਆ ਉਹਨਾਂ ਦੇ ਰੈਜੀਡੈਂਸ ਦੇ ਅਸੀਂ ਜਾ ਕੇ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਜੇ ਸਾਡੀ ਗੱਲ ਨਹੀਂ ਮੰਨਣਗੇ ਅਸੀਂ ਅਲਟੀਮੇਟ ਦਾਂਗੇ, ਉਹਨਾਂ ਦਾ ਬਾਈਕਾਟ ਕਰਾਂਗੇ ਔਰ ਸਾਰਾ ਜਿਹੜਾ ਪ੍ਰੋਟੈਸਟ ਜਿਹੜਾ ਇਹਨੂੰ ਬਿਲਕੁਲ ਐਜੀਟੇਸ਼ਨ ਨੂੰ ਬਿਲਕੁਲ ਤਗੜੇ ਹੋ ਕੇ ਇਸ ਨੂੰ ਕਰਾਂਗੇ ਜਿਹੜੀ ਸਾਡੀ ਜੈਨੂਅਨ ਡਿਮਾਂਡ ਹੈ ਇਸ ਵਰਕੇ। ਲੋਕਲ MP ਨੂੰ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਉਸ ਦਾ ਪ੍ਰਤਾਪ ਸਿੰਘ ਬਾਜਵਾ ਅਸੀਂ ਉਹਨਾਂ ਨੂੰ ਵੀ ਮਿਲਣਾ ਮੈਂ। ਠੀਕ ਸਰ, ਗੱਲ ਕੀਤੀ ਜਾਵੇ ਪਿਛਲੇ ਦਿਨਾਂ ਵਿੱਚ ਤੁਹਾਡੀ ਜਿਹੜੀ ਹੈ ਬਾਰ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ ਗਈ ਸੀ, ਬੀਤੇ ਦਿਨਾਂ ਵਿੱਚ ਜਿਹੜੇ ਚਰਨਜੀਤ ਸਿੰਘ ਚੰਨੀ ਸ਼ੂਗਰ ਮਿਲ ਦਾ ਜਿਹੜਾ ਉਦਘਾਟਨ ਕਰਨ ਆਏ ਸੀਗੇ, ਨੀਂਹ ਪੱਥਰ ਰੱਖਣ ਆਏ ਸੀਗੇ, ਉਹਨਾਂ ਨੇ ਕਿਹਾ ਵਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਮੇਰੇ ਕੋਲ ਜੋ ਚਾਹੇ ਮੈਂ ਜੋ ਵੀ ਮੇਰੇ ਕੋਲ ਮੰਗਣ ਮੈਂ ਸਭ ਤੋਂ ਪਹਿਲ ਦੇ ਦਰਦੇ ਇਹਨਾਂ ਕੋਲ ਦੇਵਾਂਗਾ, ਕਿਉਂਕਿ ਇਸ ਸਮੇਂ ਦੇ ਵਿੱਚ ਮੈਂ ਵੀ ਇਹਨਾਂ ਕੋਲ ਕਾਫੀ ਕੰਮ ਕਰਵਾਏ ਨੇ। ਸੋ ਕੀ ਲੱਗਦਾ ਵਾ ਤੁਸੀਂ ਬਾਜਵਾ ਸਾਹਿਬ ਨਾਲ ਮੰਗ ਕਰਦੇ ਹੋ, ਕੀ ਉਹ ਤੁਹਾਡੀ ਆਵਾਜ਼ ਸੁਣਦੇ ਨਹੀਂ ਕਿ ਜਾਂ ਉਹ ਜ਼ਿਲ੍ਹਾ ਬਣਾਉਣਾ ਨਹੀਂ ਚਾਹੁੰਦੇ? ਇਹ ਵੇਖੋ, ਜਿਹੜੀ ਗੱਲ ਜਿਹੜੀ ਬਿਲਕੁਲ ਤੁਹਾਡੀ ਦਰੁਸਤ ਹੈ ਕਿ ਇਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਜੀ ਡਿਪਟੀ ਸੀ ਮੈਂ ਪੰਜਾਬ ਅਤੇ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਜਿਹੜੇ ਇੱਕ ਬੜੇ ਸਟਰੋਂਗ ਕੈਬਨਿਟ ਮਿਨਿਸਟਰ ਨੇ ਜਿਹੜੇ ਉਹ ਜੇ ਚੰਨੀ ਸਾਹਿਬ ਕੋਲ ਕਹਿਣ, CM ਨੂੰ ਕਹਿਣ, ਤਾਂ ਮੈਂ ਨਾ ਕਹਿੰਦਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਹੈ ਉਹ ਇਹ ਜ਼ਿਲ੍ਹਾ ਨਾ ਬਣੇ। ਇਸ ਕਰਕੇ ਜੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਵਾਅਦੇ ਵੀ ਕੀਤੇ, ਅਸੀਂ ਉਸ ਤਰ੍ਹਾਂ ਜਿਹੜੇ ਡੈਲੀਗੇਸ਼ਨ ਲੈ ਗਏ ਸਾਂ ਉਹਨਾਂ ਦੀ ਕੋਠੀ ਮੈਨੇਜ ਕਰਦੀਆਂ ਜਾ ਕੇ, ਉਹਨਾਂ ਸਾਡੇ ਨਾਲ ਵਾਅਦਾ ਕੀਤਾ ਸੀ, ਇਹ ਗੱਲ ਕਿਹਾ ਸੀ ਸਾਨੂੰ ਉਹਨਾਂ ਕਿ ਤੁਹਾਡਾ ਜ਼ਿਲ੍ਹਾ ਬਣ ਜਾਏਗਾ, ਅੱਜ ਬਣ ਜਾਏ, ਕੱਲ੍ਹ ਬਣ ਜਾਏ, ਪਰਸੋਂ ਬਣ ਜਾਏ, ਪਰ ਇਹ ਬਣਨੇ ਬਣਨਾ। ਪਰ ਇਸ ਕਰਕੇ ਸਾਡੀ ਅਜੇ ਤੱਕ ਜਿਹੜੀ ਗੱਲ ਮੰਨੀ ਨਹੀਂ ਜਾ ਰਹੀ। ਇਸ ਵੇਲੇ ਜੇ ਉਹ ਚਾਹੁਣ, ਵੇਖੋ ਜੀ, ਸਾਡਾ ਇੱਕ ਸਟੇਜ 'ਤੇ ਆ ਕੇ ਸਾਡਾ ਜ਼ਿਲ੍ਹਾ ਬਣ ਗਿਆ ਸੀ, ਸਿਰਫ ਕ੍ਰੈਡਿਟ ਲੈਣ ਦੀ ਵਜ੍ਹਾ ਕਰਕੇ ਇਹ ਉਹਦੇ ਭੇਟ ਚੜਿਆ, ਇਹਨਾਂ ਚਿੱਠੀਆਂ ਜਿਹੜੀਆਂ ਸੀ ਇਹਨਾਂ ਨੇ ਆਪ ਲਿਖੀਆਂ ਕਿ ਇਹਨੂੰ ਜ਼ਿਲ੍ਹਾ ਬਣਾਓ। ਸੋ ਅਸੀਂ ਹੁਣ ਮੈਂ ਆਪਣੇ ਵੱਲੋਂ ਆਪਣੀ ਬਾਰ ਐਸੋਸੀਏਸ਼ਨ ਵੱਲੋਂ ਇਨਹੈਬੀਟੈਂਟਸ ਆਫ ਬਟਾਲਾ ਵੱਲੋਂ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਆਪਣੀ ਜਿਹੜੀ ਚਿੱਠੀਆਂ ਲਿਖੀਆਂ ਉਹਨਾਂ ਨੂੰ ਓਨਰ ਕਰੋ, ਓਨਰ ਕਰੋ, ਚਿੱਠੀਆਂ ਨੋਟ ਕਰੋ, ਉਹਨਾਂ ਨੂੰ ਆਪਣਾ ਜਿਹੜੀ ਤੁਸੀਂ ਗੱਲ ਕੀਤੀ ਉਹਨੂੰ ਬਣਾਓ ਜ਼ਿਲ੍ਹਾ, ਕਿਉਂ ਨਹੀਂ ਬਣਾਉਂਦੇ? ਇਸ ਕਰਕੇ ਅਸੀਂ ਸਾਰਾ ਫੈਸਲਾ ਕੀਤਾ, ਅਸੀਂ ਸਾਰਾ ਪ੍ਰੋਗਰਾਮ ਚਾਕਆਊਟ ਕਰ ਲਿਆ, ਉਹਦੇ ਮੁਤਾਬਕ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਸਰ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਨਹੀਂ ਬਣਦਾ, ਸਰਕਾਰ ਨੂੰ ਕਿਵੇਂ ਜਗਾਓਗੇ? ਅਸੀਂ ਵੇਖੋ ਜੀ, ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਇਨਡੈਫੀਨਿਟ ਸਟ੍ਰਾਈਕ ਹੈ, ਅਸੀਂ ਪਿੰਡ ਪਿੰਡ ਜਾਵਾਂਗੇ, ਸ਼ਹਿਰ ਸ਼ਹਿਰ ਦੇ ਵਿੱਚ ਐਜੀਟੇਸ਼ਨ ਲਾਵਾਂਗੇ, ਔਰ ਜੋ ਜਿੱਥੇ ਕਿਤੇ ਜਾਣਗੇ ਉੱਥੇ ਘਿਰਾਓ ਕਰਾਂਗੇ, ਲੋਕਾਂ ਨੂੰ ਅਵੇਅਰ ਕਰਾਂਗੇ, ਅਤੇ ਇਸ ਕਰਕੇ ਇਹ ਸਾਡਾ ਅਗਲਾ ਪ੍ਰੋਗਰਾਮ।
प्लास्टिक के कचरे में समुद्र घुट घुट के मर रहा है। प्लास्टिक को पूरी तरह नष्ट होने में कई सौ साल लगते हैं। अगर आप प्लास्टिक कम यूज करो ना, तो हमारे और इन जीवों के जीवन में थोड़ा खुशी आएगा। हाथ जोड़ने विनती है, रिक्वेस्ट है आपसे। समझ गई मैडम। अगर आप प्लास्टिक रियूज नहीं कर सकती तो उसे रिफ्यूज कीजिए और ये थैला यूज कीजिए। खादी का है। थैंक यू सर, आज से नो प्लास्टिक बैग। वाह क्या बात है। चलिए एक और जुड़ गया ग्रीन गुड डीड्स अभियान से। हम सबको भी करनी है, हर दिन ग्रीन गुड डीड्स, यानी कुछ हरे भरे काम अपनी धरती के नाम।